ਅਸੀਂ ਬਹੁਤ ਵੀ ਨਹੀਂ ਜਗ੍ਹਾ ਹੈਗੀ ਵਿੱਚ ਬੈਠੇ ਰਾਤ ਦੀ ਖੇਤੀ ਕਰਦੇ ਹਾਂ ਹਾਂਜੀ ਆਪਣੀ ਜੀ ਜ਼ਮੀਨ ਹੈ ਜੀ ਠੀਕ ਹੈ ਜੀ ਆਪਣੀ ਅੱਧੀ ਤੋਂ ਕੀ ਅੱਧਾ ਕਿੱਲਾ ਹੈ ਅੱਧਾ ਕਿੱਲਾ ਆਪਣਾ ਤੇ ਬਾਕੀ ਬਾਕੀ ਠੇਕੇ ਤੇ ਲਈ ਦੀ ਮੁੰਡੇ ਨੇ ਵੀ ਚਲ ਮਿਹਨਤ ਕਰਕੇ ਘਰ ਪਾ ਲਿਆ ਠੀਕ ਹੈ ਪਾਣੀ ਖੜਾ ਹੀ ਖੇਤਾਂ 'ਚ ਜੀ ਘਰ ਪਾਉਣਾ ਅਸੀਂ ਜਗ੍ਹਾ ਪਾਉਣੀ ਸੀ ਕਿਆ ਕਰੀਏ ਗਰੀਬ ਬੰਦੇ ਆ ਜੀ ਅਸੀਂ ਅੱਜ ਤੱਕ ਨਹੀਂ ਬਣੇ ਹੋਰ ਤਾਂ ਕੋਈ ਚੱਕਰ ਨਹੀਂ ਸਾਡਾ ਮਕਾਨ ਦਾ ਹੀ ਹੈ ਜ਼ਿਆਦਾ ਹੀ ਬਸ ਤਾਂ ਆ ਦੀਵਾਰ ਦਿਖਾ ਦਿਓ ਸਨੀ ਕਿ ਕਿਸ ਤਰੀਕੇ ਦੇ ਨਾਲ ਆ ਟੁੱਟ ਚੁੱਕੀ ਹੈ ਕਿੰਨੇ ਕਿੰਨੇ ਠੇਕੇ ਚਲੀ ਸੀ 2.5 ਕਿੱਲੇ ਆ ਜੀ 46,000 ਨੂੰ ਦਿੱਤਾ 1 ਕਿੱਲਾ ਜੀ ਸਾਰੀ ਲਵਾਈ ਤੇ ਜਿਹੜਾ ਖਰਚਾ ਆਇਆ 3500 ਰੁਪਏ ਭਾਈ ਇਹ ਲੈ ਗਏ 1-1 ਕਿੱਲੇ ਦਾ ਜੀ 8000 ਨਹੀਂ 12000 ਰੁਪਏ ਭਾਈਆਂ ਦਾ ਬਣ ਗਿਆ ਜੀ ਰਾਤ ਵੀ ਮੀਂਹ ਆਇਆ ਸੀਗਾ ਸਾਨੂੰ 1-1 ਘੰਟਾ ਖੜਨਾ ਪੈ ਗਿਆ ਬਾਹਰ ਮੰਜੇ ਸਾਡੇ ਭਿੱਜ ਗਿਆ ਬਾਹਰ ਜੀ ਕੱਪੜਾ ਜਿਹੜਾ ਸਾਰਾ ਭਿੱਜ ਗਿਆ ਕਿੱਥੇ ਕਰਨਾ ਜੀ ਹੁਣ ਆਪਣਾ ਟਾਈਮ ਇਹ ਜਿਹਾ ਕਿਆ ਕਰ ਸਕਦੇ ਇਹ ਗੱਲ ਜੀ ਸਾਡਾ ਮਕਾਨ ਸਹੀ ਹੋਣਾ ਚਾਹੀਦਾ ਜੀ ਮਕਾਨ ਪੈ ਜਾਵੇ ਸਾਡਾ ਕੱਲ੍ਹ ਨੂੰ ਖੁਸ਼ੀ ਦੀ ਲੋੜ ਨਹੀਂ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਅੰਦਰ ਮੀਂਹ ਨੇ ਕਾਫੀ ਨੁਕਸਾਨ ਕੀਤਾ ਹੈ ਜੇ ਰੋਪੜ ਵੱਲ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਬੇਹੱਦ ਨੁਕਸਾਨ ਹੋਇਆ ਅਜਿਹੀਆਂ ਮਾਵਾਂ ਦੇ ਰੋਂਦੇ ਚਿਹਰੇ ਦੇਖੇ ਨਹੀਂ ਜਾਂਦੇ ਕਿਉਂਕਿ ਜਿਸ ਪਰਿਵਾਰ ਦੇ ਨਾਲ ਇਸ ਵਕਤ ਮੈਂ ਤੁਹਾਨੂੰ ਗੱਲ ਕਰਨੀ ਹੈ ਜਾਂ ਜਿਨ੍ਹਾਂ ਦੇ ਨਾਲ ਅਸੀਂ ਇਸ ਵਕਤ ਖੜ੍ਹੇ ਹਾਂ ਮਿਹਨਤਕਸ਼ ਪਰਿਵਾਰ ਹੈ ਠੇਕੇ ਦੇ 3 ਕਿੱਲੇ ਲੈ ਕੇ ਜਿਹੜੀ ਖੇਤੀ ਕਰਦੇ ਨੇ ਪਰ 3 ਕਿੱਲੇ ਦੇ ਵਿੱਚ ਜਿਹੜੀ ਫਸਲ ਸੀਗੀ ਉਹ ਤਬਾਹ ਹੋ ਚੁੱਕੀ ਹੈ ਘਰ ਦੇ ਹਾਲਾਤ ਇਹ ਨੇ ਕਿ ਕੱਪੜੇ ਲੀੜੇ ਖਰਾਬ ਹੋ ਚੁੱਕੇ ਨੇ ਜਿਹੜੀ ਛੱਤ ਡਿੱਗਣ ਨੂੰ ਹੈ ਕਿਉਂਕਿ ਫਰਸ਼ ਜਿਹੜਾ ਥੱਲੋਂ ਫਰਸ਼ ਹੈ ਜ਼ਮੀਨ ਹੈ ਉਹ ਥੱਲੇ ਨੂੰ ਧੱਸਦੀ ਜਾ ਰਹੀ ਹੈ ਮਾਤਾ ਜੀ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਨੁਕਸਾਨ ਤਾਂ ਜੀ ਆਹੀ ਆ ਬਸ ਜਿਹੜੇ ਥੱਲੇ ਜਿਵੇਂ ਘਰ ਦੱਬ ਗਿਆ ਸਾਡਾ ਬੈਠਣ ਦੀ ਜਗ੍ਹਾ ਨਹੀਂ ਰਹੀ ਹੈਗੀ ਹਾਂਜੀ ਕੱਪੜੇ ਲੀੜੇ ਵੀ ਕੱਪੜੇ ਲੀੜੇ ਬਚਾ ਹੋ ਗਏ ਜੀ ਕੋਈ ਚੱਕ ਲਏ ਤੇ ਕੁਛ ਭਿੱਜ ਭੁੱਜ ਗਏ ਰਾਸ਼ਨ ਬਚ ਗਿਆ ਕਣਕ ਕਣਕ ਬਚ ਗਈ ਵੀ ਹੁਣ ਸੁਸਰੀ ਬਹੁਤ ਲੱਗੀ ਵੀ ਕਣਕ ਬਚ ਗਿਆ ਟੋ ਖੇਤੀ ਕਰਦੇ ਹੋ ਹਾਂਜੀ ਆਪਣੀ ਜੀ ਜ਼ਮੀਨ ਹੈ ਜਾਂ ਠੇਕੇ ਤੇ ਆਪਣੀ ਅੱਧੀ ਤੋਂ ਕੀ ਅੱਧਾ ਕਿੱਲਾ ਹੈ ਅੱਧਾ ਕਿੱਲਾ ਆਪਣਾ ਤੇ ਬਾਕੀ ਬਾਕੀ ਠੇਕੇ ਤੇ ਲਈ ਦੀ ਮੁੰਡੇ ਨੇ ਵੀ ਚਲ ਮਿਹਨਤ ਕਰਕੇ ਘਰ ਪਾ ਲਿਆ ਕਿ ਕਿੰਨੀ ਕਿੰਨੀ ਜ਼ਮੀਨ ਲਈ ਸੀ ਠੇਕੇ ਤੇ 2.5 ਕਿੱਲੇ ਦੇ ਰਿਹਾ ਸੀ ਮੁੰਡਾ ਮੇਰੇ ਖੜੇ 2.5 ਕਿੱਲੇ ਤੇ ਸਾਰੇ ਉਹ ਵੀ ਸਾਰੇ ਤਬਾਹ ਹਾਂਜੀ ਸਾਰੇ ਪਾਣੀ ਦੇ ਚਿੱਕੜ ਬਣ ਗਏ ਪਾਣੀ ਖੜਾ ਹੀ ਖੇਤਾਂ ਜੀ ਸਾਰਾ ਹਾਂਜੀ ਪਾਣੀ ਖੜਾ ਹੀ ਖੇਤਾਂ ਜੀ ਕਿੰਨੇ ਠੇਕੇ ਚਲੀ ਸੀ 2.5 ਕਿੱਲੇ ਆ ਜੀ 46,000 ਨੂੰ ਦਿੱਤਾ 1 ਕਿੱਲਾ ਜੀ ਹਾਂਜੀ ਸਾਰੀ ਲਵਾਈ ਦੇ ਜਿਹੜਾ ਖਰਚਾ ਆਇਆ ਹੋਊਗਾ 3500 ਰੁਪਏ ਭਾਈ ਇਹ ਲੈ ਗਏ 1-1 ਕਿੱਲੇ ਦਾ ਜੀ 8000 ਨਹੀਂ 12000 ਰੁਪਏ ਭਾਈਆਂ ਦਾ ਬਣ ਗਿਆ ਜੀ ਹਾਂਜੀ ਸੋਚਿਆ ਹੋਊਗਾ ਕਿ ਕਰਜ਼ਾ ਲਾਵਾਂਗੇ ਜਾਂ ਜਿਹੜਾ ਹੋਰ ਆਪਣਾ ਘਰ ਪਾਉਣਾ ਅਸੀਂ ਜਗ੍ਹਾ ਪਾਉਣੀ ਸੀ ਕਿਆ ਕਰੀਏ ਗਰੀਬ ਬੰਦੇ ਆ ਜੀ ਅਸੀਂ ਅੱਜ ਤੱਕ ਨਹੀਂ ਬਣੇ ਹੋਰ ਤਾਂ ਕੋਈ ਚੱਕਰ ਨਹੀਂ ਸਾਡਾ ਮਕਾਨ ਦਾ ਹੀ ਹੈ ਜ਼ਿਆਦਾ ਹੀ ਬਸ ਖਾਣ ਦੀ ਸਹੀ ਕੋਈ ਉਹ ਨਹੀਂ ਹੈਗੀ ਸਾਨੂੰ ਇਹ ਹੁਣ ਘਰ ਥੱਲੋਂ ਧਸ ਗਿਆ ਹਾਂਜੀ ਅਸੀਂ ਬਹੁਤ ਵੀ ਨਹੀਂ ਜਗ੍ਹਾ ਹੈਗੀ ਮੀਂਹ 'ਚ ਬੈਠੇ ਰਾਤ ਹੀ ਡਰ ਲੱਗਦਾ ਹੋਊਗਾ ਇੱਥੇ ਨਹੀਂ ਡਰ ਤਾਂ ਕਾਹਦਾ ਹੀ ਨਹੀਂ ਇੱਥੇ ਘਰ ਹਾਂਜੀ ਗਿਰਨ ਦਾ ਡਰ ਹੈਗਾ ਜੀ ਅਸੀਂ ਬਾਹਰ ਬੈਠੇ ਹਾਂ ਬਾਹਰੇ ਬੈਠੇ ਹਾਂ ਹਾਂਜੀ ਮੀਂਹ 'ਚ ਖੜੇ ਰਹੇ ਬਾਹਰੇ ਹਾਂਜੀ ਤਰੇੜਾਂ ਆ ਚੁੱਕੀਆਂ ਨੇ ਹਾਂਜੀ ਅਸੀਂ ਡਰਦੇ ਵੀ ਸਾਡੇ ਬੱਚੇ ਨਾ ਕਿਤੇ ਥੱਲੇ ਆ ਜਾਣ ਇਹ ਸਾਨੂੰ ਔਖਾ ਲੱਗਦਾ ਸਾਰੀ ਰਾਤ ਬਾਹਰ ਮੀਂਹ 'ਚ ਹਾਂਜੀ ਸਾਰੀ ਰਾਤ ਮੀਂਹ 'ਚ ਖੜੇ ਰਹੇ ਰਾਤ ਨੂੰ ਮੀਂਹ ਆਇਆ ਸੀਗਾ ਰਾਤ ਨੂੰ ਮੀਂਹ ਆਇਆ ਸੀਗਾ ਸਾਨੂੰ 1-1 ਘੰਟਾ ਖੜਨਾ ਪੈ ਗਿਆ ਬਾਹਰ ਮੰਜੇ ਸਾਡੇ ਭਿੱਜ ਗਿਆ ਬਾਹਰ ਜੀ ਕੱਪੜਾ ਲੀੜਾ ਸਾਰਾ ਭਿੱਜ ਗਿਆ ਕਿੱਥੇ ਕਰਨਾ ਜੀ ਹੁਣ ਆਪਣਾ ਟਾਈਮ ਇਹੋ ਜਿਹਾ ਆ ਗਿਆ ਕਿਆ ਕਰ ਸਕਦੇ ਇਹ ਗੱਲ ਹੈ ਜੀ ਸਾਡਾ ਮਕਾਨ ਸਹੀ ਹੋਣਾ ਚਾਹੀਦਾ ਜੀ ਮਕਾਨ ਪੈ ਜਾਵੇ ਸਾਡਾ ਕੱਲ੍ਹ ਨੂੰ ਖੁਸ਼ੀ ਦੀ ਲੋੜ ਨਹੀਂ ਹੈਗੀ ਸਾਨੂੰ ਰਹਿਣ ਨੂੰ ਜਗ੍ਹਾ ਹੋ ਜਾਵੇ ਬਸ ਕਾਸੇ ਦੀ ਲੋੜ ਨਹੀਂ ਅਸੀਂ ਭੁੱਖੇ ਨਹੀਂ ਕਾਸੇ ਦੀ ਵੀ ਇਹ ਤਾਂ ਰੱਬ ਦੇ ਮੰਗ ਕੇ ਰੋਟੀ ਖਾਣੇ ਵਾਲੇ ਅਸੀਂ ਇੱਦਾਂ ਦੇ ਬੰਦੇ ਨਹੀਂ ਹੈਗੇ ਕੌਣ ਕੌਣ ਹੈ ਜੀ ਪਰਿਵਾਰ 'ਚ ਪਰਿਵਾਰ 'ਚ 3 ਮੇਰੇ ਲੜਕੇ 1 ਲੜਕੀ ਹੈ ਜੀ 1 ਮੇਰੇ ਘਰ ਵਾਲਾ 3 ਲੜਕੇ ਵਾਲੇ ਕੌਣ ਜੀ 1 ਬਹੂ ਆਈ ਵੀ ਮੁੰਡੇ ਹਾਂ ਸਤਨਾਮ ਦੀ ਤਿੰਨੇ ਤੁਸੀਂ ਜਿਹੜੇ 3 ਕਿੱਲੇ ਤੁਸੀਂ ਸਾਂਝੇ ਇਕੱਠੇ ਖੇਤੀ ਕਰਦੇ ਹੋ ਇਕੱਠੇ ਕਰਦੇ ਮਿਲ ਕੇ ਕਰਦੇ ਮਿਲ ਕੇ ਕਰਦੇ ਇਕੱਠੇ ਹੀ ਕਰਦੇ ਅਸੀਂ ਕੰਮ ਜੀ ਸਾਰਾ ਖੇਤਾਂ 'ਚ ਹੁਣ ਉਹਨੂੰ ਦੁਬਾਰਾ ਪਾਣੀ ਜਦੋਂ ਨਿਕਲੂਗਾ ਫਿਰ ਕੁਛ ਕੀਤਾ ਜਾਊਗਾ ਕੱਟੀਆਂ ਦੋ ਇੱਕ ਗਾਂ ਇੱਕ ਬੱਚੀ ਬਚਾਓ ਹੋ ਗਿਆ
हाँ जी उन्होंने बनाने का नुकसान कोई नहीं है। असं दरख्तों ने बन लिए मुंडा कहना रस्से छड़ दो असं छे नहीं है असं कहू कि धक्के खिलाओगे मर जाऊंगे कितने गिर के कट्टिया छोटे छोटे कट्टिया छोटे छोटे कट्टिया बाहर खड़िया दुख ने फरोलन क्योंकि अखा भर आंदियां ने पर यह तस्वीर ये गल्लां भी तुहाडे तक पहुंचानियां जरूरी ने सरकारां तक ये चीज़ां पहुंचानियां जरूरी ने मुआवजे की जरूर गल की जा रही है कि 4000 रुपए दिते जाणगे जिन्हां दे कोई घर का नुकसान होया है पर इस 4000 दे विच की इन्हां दा गुजारा हो जूगा ये वड्डे सवाल ने ते अंदर दा तुहानूं जिहड़ा घर दे अंदर पहले तो आ दीवार दिखा दो सानी कि किस तरीके दे नाल आ टुट चुकी है इस तों इलावा भाई दिखाओ कितने अंदर जिहड़ा मासी रे चे करिए बुलाउंदे कहने आना घर किथे बाड़ी लिया समाज सेवी संस्थावां जरूर अगे आ रही ने पर कितें कितने तक वह पहुँचनगिया इस दे लई पुख्ते जिहड़े इंतजाम सरकार ही कर सकती है तो अपील है सरकार नूं कि जरूर ग्राउंड से जाके चप्पे चप्पे जाके अजिहे लोगों की सार ली जाए तो मदद की जाए। कैमरा परसन सनी दे नाल शैशव नागरा रोपड़।